मार्केट में मैं ऐसे लोग देखे हैं जिनके सर पर दुपट्टा नहीं होता। अल्लाह माफ करे यार। यार नाल ना सही गुस्से नाल देख लिया कर, बीमारा नु शिफा मिले जांदी है। यार दो वाला टावर तक नजर आना पे, साडा क्वार्टर हूं जगह ते थोड़ा पानी आना पे, फिल्टर करने का लगता पूरे साल च कूलर करी दी। तभी वर्दी दो साडा सुबह सुबह दा नाश्ता वे पिया पराठे ते दो अंडा। असलामुअलैकुम व्यूअर्स, की हाल चाल है तुहाडा। यार असी लाहौर च आए हां तो थोड़ी बहुत पंजाबी भी बोलनी पड़ेगी, इधर सरायकी नहीं चलती ना। हाँ, अज असा नवे डिवीजन च आया वध्या है, वो बल्कि सॉरी यार नवे महल्ले आया वध्या है। माशाल्लाह इत्थे यार बहुत खूबसूरत कोठा मिलिया पे देखने को, रस्ता बेहतरीन खूबसूरत है पिया। तो तुहानू एक गल दसा कि महला कौन सा है यार, थोड़ी बहुत इवें मिलावनी पौंदी है पंजाबी ते इवें उर्दू ते मैं से सरेक की तरह तू मैनू ये पता नहीं कि इत्थे कि केड़ा महला है, कौन सा महला है, ये मैनू पता नहीं। तो साडे चैनल ते तुसी नवे आए हो तो साडे चैनल जरूर सब्सक्राइब कराए चा। फैमिली जनाब बस नाश्ता वगैरह करन तो बाद हुण जा लग्या फैक्ट्री। ਤੁਹਾਨੂੰ ਪੋਲ ਨਜ਼ਰ ਆਉਂਦੀ ਪਈ ਸੀ, ਇਹ ਦੀਵਾਰ ਚੀਨ ਹੈ, ਇਹ ਕੋਈ ਪਤਾ ਨਹੀਂ ਕਿੱਥੋਂ ਸ਼ੁਰੂ ਥੀਂਦੀ ਹੈ ਔਰ ਕਿੱਥਾ ਕਿਰ ਖਤਮ ਥੀਂਦੀ ਹੈ। ਠੀਕ ਹੋ ਗਿਆ, ਮੇਰੇ ਖਿਆਲ ਬੱਤੀ ਚੌਂਕ ਨੂੰ ਸ਼ੁਰੂ ਹੁੰਦੀ ਹੈ ਤਾਂ ਬਾਈਪਾਸ ਕਰਨ ਖਤਮ ਹੋ ਜਾਂਦੀ ਹੈ। ਅਸੀਂ ਪਿੰਡ 'ਚ ਗੰਦਮ ਕੱਟ ਕੱਟ ਕੇ ਆਏ ਹਾਂ, ਇੰਨਾ ਸਾਡੇ ਮੂੰਹ 'ਤੇ ਮੱਟੀ ਨਹੀਂ ਚੜ੍ਹੀ ਜਿਹੜੀ ਇਸੀ ਰੋਡ 'ਤੇ ਜੇ ਬੱਲਾ 'ਤੇ ਗੱਤੇ ਬਣਦੇ ਨੇ ਵਾਲੀ ਫੈਕਟਰੀ ਆ, ਸਾਡੀ ਫੈਕਟਰੀ ਇਹ ਆ। ਗਰਮੀ ਇਸ ਟਾਈਮ ਫੋਲਾ ਤਕਰੀਬਨ 10 ਦਾ ਟਾਈਮ ਹੁੰਦਾ ਪਈ ਹੈ ਤੇ ਇਧਰੋਂ ਦੇਖੋ ਸਾਰਾ ਇਹ ਤਿੰਨ ਤਿੰਨ ਮੰਜ਼ਿਲਾਂ ਲੋਕ ਹੁੰਦੇ ਘਰ ਨੇ ਇਧਰ। ਯਾਰ ਦੋ ਵਾਲਾ ਟਾਵਰ ਤੱਕ ਨਜ਼ਰ ਆਉਂਦਾ ਪਏ, ਸਾਡਾ ਕੁਆਟਰ ਹੂੰ ਜਗ੍ਹਾ ਤੇ ਪੈਦਲ ਅਸਾਂ ਉਧਰੋਂ ਹੀ ਆਉਂਦੇ ਹਾਂ ਇਧਰ ਫੈਕਟਰੀ। ਉਹ ਕਿਆ ਕਰਨਾ ਇਧਰ ਆ ਕੇ ਅੱਜ ਦੇ ਵੀ ਲਾ ਕੇ ਤੁਹਾਨੂੰ ਵਿਖਾਉਂਦੇ ਹਾਂ ਸਭ ਕੁਝ। ਠੀਕ ਹੋ ਗਿਆ, ਵਿਵਰਸ ਇਹ ਹਨ ਡੋਰਿਆਂ ਤਾਂ ਇਹ ਹਨ ਛੋਟੇ ਕਾਰਡ ਅਤੇ ਹਨ ਵੱਡੇ ਕਾਰਡ, ਯਾਨੀ ਕਿ ਕੰਪਨੀ ਦਾ ਇਹਦੇ ਉੱਤੇ ਲਿਖਿਆ ਕਰੇ ਸਲੈਕਸ਼ਨ ਵਟ ਫੇਸਟ ਯੂ ਬੈ ਕਾਰਡ ਇਹਦੇ ਪੈਣ ਵਿੱਚ। ਅਸੀਂ ਸੁਬਹਾ ਜਿਹੜੇ ਕਾਰਡ ਬਣਾਇਆ ਨਹੀਂ ਸੀ ਇਹ ਵਾਲੇ ਕਾਰਡ ਸਲੈਕਸ਼ਨ ਅਤੇ ਇਸ ਸ਼ਾਲਡ ਕੋਲ ਆ ਰਹੀ ਅਤੇ ਤਾਂ ਇਹ ਸ਼ਾਲਡ ਕੋਲ ਲਾਹਣੇ ਇਹ ਉੱਥਾਂ ਕਰਵੇ ਸਨ ਤਾਂ ਉਹ ਸੀਜ਼ਨ ਪੈਕ ਸੀਜ਼ਨ ਸ਼ਾਪਰ ਜਿਵੇਂ ਲਈ ਸ਼ਾਪਰ ਪੈਕ ਸੀਜ਼ਨ ਉਹ ਵੀ ਅਸਾਂ ਤੁਹਾਨੂੰ ਵਿਖਾਉਂਦੇ ਹਾਂ। ਠੀਕ ਹੋ ਗਿਆ, ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਾਈਜ਼ ਛੋਟੇ ਬੱਚੇ ਦਾ ਜਾਂ ਬੜੇ ਬੱਚੇ ਦਾ। ਇਹ ਜਿਹੜਾ ਸਾਈਜ਼ ਹੈ ਉਹ ਆਦਾ ਪਏ 9 ਕਲੇ 10 ਸਾਲ ਦਾ ਬੰਦਾ ਪਾ ਸਕਦੇ, ਇਹ ਵੀ 9 ਕਲੇ 10 ਸਾਲ ਦਾ। ਜਿਹੜਾ ਇਹ ਸਾਈਜ਼ ਆ 7 ਕਲੇ 8 ਸਾਲ ਦਾ ਬੱਚਾ ਪਾ ਸਕਦੇ ਆ। ਅਤੇ ਅਸੀਂ ਸਾਰਾ ਮਾਲ ਕਿੱਥੇ ਜਮ੍ਹਾਂ ਕਰਾਉਂਦੇ ਹਾਂ ਉਹ ਵੀ ਤੁਹਾਨੂੰ ਦੱਸਦੇ ਹਾਂ। ਠੀਕ ਹੋ ਗਿਆ, ਤਾਂ ਇਹੋ ਹਲਕਾ ਫੁਲਕਾ ਕੂਲਰ ਵਾਲਾ ਪੱਖਾ ਚੱਲਾ ਖੜੇ ਤਾਂ ਇਹੋ ਹਵਾ ਵਾਸਤੇ ਜਾਲੀ ਲਈ ਹੋਈ ਹੈ ਤਾਂ ਇਹ ਸਾਰੀ ਓਪਨ ਜਗ੍ਹਾ ਹੈ ਵੇ ਭਾਈ। ਫਿਲਟਰ ਤੁਸੀਂ ਚੈੱਕ ਕਰੋ ਕਿਤਨਾ ਲੱਗਾ ਹੋਇਆ, ਇਹ ਥੋੜ੍ਹਾ ਥੋੜ੍ਹਾ ਪਾਣੀ ਆਉਂਦਾ ਤਾਂ ਫਿਲਟਰ ਦਾ ਮੇਕ ਤਾਂ ਲੱਗਦਾ ਪੂਰੇ ਸਾਲ 'ਚ ਕੂਲਰ ਕਰੀ ਸੀ। ਤਾਂ ਇਹ ਲੋ ਛੱਤ 'ਤੇ ਪਾਣੀ ਲਾ ਦਿੱਤੇ ਸੀ ਫਰਸ਼ ਦੇ ਉੱਤੇ। ਠੀਕ ਹੋ ਗਿਆ, ਯਾਨੀ ਕਿ ਥੋੜ੍ਹਾ ਠੰਡਕ ਮਹਿਸੂਸ ਸੀ, ਧੁੱਪ ਹੈ ਜ਼ਿਆਦਾ। ਉਹ ਭਰ ਜਾ ਜਲਦੀ ਜਲਦੀ ਭਰ ਜਾ, ਕਿਤਨੀ ਟਾਈਮ ਲਗਾਏਗਾ। ਵਰ ਇੱਕ ਕਬਾੜ ਫੈਕਟਰੀ ਹੈ, ਅੱਜ ਕੱਲ੍ਹ ਕਬਾੜ 'ਚ ਵੀ ਬੜਾ ਪੈਸਾ ਨੇ, ਬਹੁਤ ਪੈਸਾ ਨੇ ਕਬਾੜ 'ਚ। ਇਹ ਵਾਲੀ ਸਾਡੀ ਫੈਕਟਰੀ ਆ, ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ, ਬਿਮਾਰਾਂ ਨੂੰ ਸ਼ਿਫਾ ਮਿਲ ਜਾਂਦੀ ਹੈ। ਅਤੇ ਇੱਧਰੋਂ ਮੇਰੇ ਹੱਥ 'ਚ ਬਰਫ ਆ, ਇਹ ਬਰਫ 50 ਕੀ ਬਰਫ ਆ, ਕਿੱਧਰੋਂ ਲੈ ਕੇ ਆਉਂਦਾ ਪਿਆ ਮੈਂ। ਇੱਕ ਲਾਹੌਰ 'ਚ ਨਾ ਗੰਦਾ ਨਾਲਾ ਮਸ਼ਹੂਰ ਆ, ਉੱਧਰੋਂ ਲੈ ਕੇ ਆਉਂਦਾ ਪਿਆ, ਉੱਧਰ ਹੀ ਬਰਫ ਦਾ ਫੱਟਾ। ਅਤੇ ਸਾਹਮਣੇ ਦਰਵਾਜ਼ਾ ਫੈਕਟਰੀ ਦਾ, ਅਸਾਂ ਕੂਲਰ ਭਰ ਕੇ ਰੱਖ ਗਿਆ ਸੀ ਨਾ, ਇਹ ਉਹੀ ਕੂਲਰ ਆ। ਚੱਲ ਚੱਲ ਬਈ, ਬਰਫ ਸੁੱਟ ਦਿੱਤੀ ਹੈ, ਹੁਣ ਠੰਡਾ ਹੋ ਜਾਏਗਾ ਤਾਂ ਪੂਰੇ ਫੈਕਟਰੀ ਵਾਲੇ ਪਾਣੀ ਪੀਏਗੇ। Thank you.
ਮਾਸ਼ਾਅੱਲਾ ਵੀਵਰ ਮਾਰਕੀਟ ਦੀ ਖੂਬਸੂਰਤੀ ਚੈੱਕ ਕਰੋ, ਕਿਤਨਾ ਖੂਬਸੂਰਤ। ਫਾਈਨਲੀ ਵੀਵਰ ਘੁੰਮ ਘੁੰਮਾ ਕੇ ਅਸੀਂ ਪਹੁੰਚੇ ਹਾਂ ਲਾਹੌਰ ਕਰੀਮ ਮਾਰਕੀਟ ਦੇ ਅੰਦਰ। ਮਾਸ਼ਾਅੱਲਾ ਕਿਤਨੀ ਖੂਬਸੂਰਤ ਹੈ, ਸਭ ਕੁਛ ਨਜ਼ਰ ਆਉਂਦੀ ਪਈ ਉੱਥੇ, ਸਾਰਾ ਮਤਲਬ ਗੌਰਮੈਂਟ ਦਾ ਸਮਾਨ ਹੀ ਮਾਰਕੀਟ ਦੇ ਵਿੱਚ ਮਿਲਦਾ ਹੈ। ਯਾਰ ਪਤਾ ਐਸਾ ਚੱਲਦਾ ਕਿ ਜੈਸੇ ਮੈਂ ਇੰਗਲੈਂਡ ਆਇਆ। ਇਹ ਕਰੀਮ ਮਾਰਕੀਟ ਬਿਲਕੁਲ ਕਰੀਮ ਦੀ ਤਰ੍ਹਾਂ ਹੈ, ਹਮ ਗਰੀਬੋਂ ਕਾ ਕਾਮ ਨਹੀਂ ਹੈਗਾ ਇਧਰ ਆਉਣਾ। ਬੜੇ ਬੜੇ ਲੋਕ ਆਤੇ ਹੈ ਇਧਰ ਚੀਜ਼ਾਂ ਲੈਣੇ, ਹਮ ਗਰੀਬ ਤੋਂ ਇਧਰ ਬਸ ਦੇਖਣੇ ਆਤੇ ਹੈ, ਹਮਾਰਾ ਕਾਮ ਨਹੀਂ ਕੋਈ ਚੀਜ਼ ਲੈਣਾ। ਇਹ ਕਰੀਮ ਮਾਰਕੀਟ ਵੀ ਇੱਕ ਲਗਾਉਣੇ ਵਾਲੀ ਕਰੀਮ ਕਾ ਨਾਮ ਹੈ, ਜੋ ਮੂੰਹ 'ਤੇ ਲਗਾਤੇ ਨਾ ਕਰੀਮ, ਹਾਂ ਐਸੇ ਹੀ ਹੈ। ਮਾਰਕੀਟ ਮੈਂ ਐਸੇ ਲੋਕ ਦੇਖੇ ਹੈ ਜਿਨਕੇ ਸਾਥ ਪਰ ਦੁਪੱਟਾ ਨਹੀਂ ਹੋਤਾ, ਅੱਲਾ ਮਾਫ਼ ਕਰੇ ਯਾਰ। ਜ਼ਿਆਦਾਤਰ ਇਸ ਮਾਰਕੀਟ ਮੈਂ ਕੱਪਲ ਲੋਕ ਆਤੇ ਹੈ, ਕੱਪਲ ਸਮਝਤੇ ਹੈ ਆਪ। ਜ਼ਿਆਦਾ ਦੇਰ ਤੱਕ ਮੈਂ ਇਸ ਮਾਰਕੀਟ ਮੈਂ ਠਹਿਰ ਨਹੀਂ ਸਕਦਾ, ਕਿਉਂਕਿ ਮੈਂ ਅੱਛਾ ਨਹੀਂ ਲੱਗ ਰਿਹਾ ਇਸ ਮਾਰਕੀਟ। ਹਮ ਵੀ ਕਿਸੀ ਸੇ ਕਮ ਨਹੀਂ ਮੁਰਸ਼ਦ, ਹਮ ਵੀ ਇਸ ਸਜ਼ੂਕੀ ਪੇ ਆਏ ਹੋਏ ਹੈ।